ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਮਾਣੂ ਕੇ ਗਿੱਲ ਅਕਬਾਲ ਸਿੰਘ ਗਿੱਲ ਜੀ ਕੋਲੇ ਆਏ ਸੀਗੇ ਇਹਨਾਂ ਨੇ ਬਹੁਤ ਵੱਡੀ ਕਲਾ ਕਿਰਤੀ ਦਾ ਇਹਨਾਂ ਨੇ ਕੰਮ ਆ ਜੀ ਬਹੁਤ ਵਧੀਆ ਲੱਗਿਆ ਸਿੱਧੂ ਮੂਸੇਵਾਲੇ ਦੀ ਫੋਟੋ ਆ ਜੀ ਇੱਧਰ ਸੰਦੀਪ ਦੀ ਫੋਟੋ ਆ ਸਾਡੇ ਨਾਲ ਬਾਈ ਕਾਲਾ ਗਾਜੀਆਣਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕੁਲਦੀਪ ਭੱਟੀ ਜੀ ਕੁਲਦੀਪ ਭੱਟੀ ਜਿਹਨੇ ਸਿੰਗਰ ਵੀ ਨੇ ਜੀ ਜਿਹਨਾਂ ਦਾ ਉੜਾ ਆੜਾ ਬੜਾ ਗਾਣਾ ਮਕਬੂਲ ਹੋਇਆ ਅਤੇ ਬਾਈ ਜੀ ਨਾਲ ਬਹੁਤ ਖੁਸ਼ੀ ਹੋਈ ਮੈਂ ਇੱਕ ਥੋੜ੍ਹੀ ਜਿਹੀ ਸੌਰੀ ਆਵਾਜ਼ ਰੁਕਦਾ ਆਪਾਂ ਇੱਕ ਫੱਟੀ ਬਣਾਈ ਉਡਲੇ ਇਹਨਾਂ ਤੋਂ ਦੋ ਬੋਲ ਵੀ ਸੁਣਾਂਗੇ ਸੋ ਅੱਜ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਮੇਰੇ ਵੀਰ ਇਕਬਾਲ ਸਿੰਘ ਜੀ ਗਿੱਲ ਜਿਹੜੇ ਕਿ ਇੱਕ ਬਹੁਤ ਵਧੀਆ ਆਰਟਿਸਟ ਨੇ ਜਿਨ੍ਹਾਂ ਨੇ ਬੜੀਆਂ ਅੱਛੀਆਂ ਅੱਛੀਆਂ ਮੂਰਤੀਆਂ ਬਣਾਈਆਂ ਅੱਜ ਉਹਨਾਂ ਦੇ ਦਫ਼ਤਰ ਦੇ ਵਿੱਚ ਆਉਣ ਦਾ ਸਬੱਬ ਬਣਿਆ ਬੜਾ ਮਨ ਖੁਸ਼ ਹੋਇਆ ਕਿ ਇੱਕ ਪੰਜਾਬੀ ਮਾਂ ਬੋਲੀ ਦੇ ਸਾਰੇ ਅਕਸ਼ਰ ਉਹਨਾਂ ਨੇ ਫੱਟੀ ਦੇ ਉੱਪਰ ਲਿਖੇ ਨੇ ਤੋ ਦਾਸ ਨੇ ਬੜਾ ਲੰਮਾ ਸਮਾਂ ਹੋ ਗਿਆ ਕਿ ਸਭ ਤੋਂ ਪਹਿਲਾਂ ਦਾਸ ਨੇ ਇਹ ਪੰਜਾਬੀ ਮਾਂ ਬੋਲੀ ਦੇ ਸਾਰੇ ਅਕਸ਼ਰਾਂ ਬਾਰੇ ਗੱਲ ਕੀਤੀ ਸੀ ਉਹੀ ਮਨ ਖੁਸ਼ ਹੋਇਆ ਉਹ ਗੱਲ ਇਹ ਹੈ ਜੋ ਲਿਖਿਆ ਸੀ ਮੈਂ ਉਹ ਮਾਣ ਹੋ ਪੰਜਾਬ ਦਾ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਇਓ ਮਾਣ ਹੋ ਪੰਜਾਬ ਦਾ ਤੇ ਮਾਣ ਹੀ ਕਹਾਇਓ ਹੋ ਪੁੱਤਰ ਹੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਮੱਲੇ ਹੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਪੰਜਾਬੀ ਦੀ ਪਹਿਲੀ ਲਾਈਨ ਊੜਾ ਆੜਾ ਈੜੀ ਸੱਸਾ ਹਾ ਹਾ ਇਹਦਾ ਮਤਲਬ ਇਹ ਨਹੀਂ ਵੀ ਊੜਾ ਊਠ ਤੇ ਆੜਾ ਨਾਰ ਇਹਦਾ ਮਤਲਬ ਊੜਾ ਓਟ ਗੁਰੂਆਂ ਦੀ ਆੜਾ ਅਰਦਾਸ ਨਾਲ ਈੜੀ ਏਕ ਓਂਕਾਰ ਸੱਸਾ ਸਤਿ ਸ੍ਰੀ ਅਕਾਲ ਹਾ ਹਾ ਹੱਥ ਬੰਨ ਫਤਿਹ ਤੁਸੀਂ ਸਭ ਨੂੰ ਬੁਲਾਇਓ ਹੱਥ ਬੰਨ ਫਤਿਹ ਤੁਸੀਂ ਸਭ ਨੂੰ ਬੁਲਾਇਓ ਹੋ ਪੁੱਤਰ ਹੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਬੱਲੇ ਹੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਉਸ ਤੋਂ ਅੱਗੇ ਕੱਕਾ ਖੱਖਾ ਗੱਗਾ ਘੱਗਾ ਗੰਗਾ ਇਹਦਾ ਮਤਲਬ ਇਹ ਨਹੀਂ ਵੀ ਕੱਕਾ ਕਬੂਤਰ ਤੇ ਖੱਖਾ ਖਰਗੋਸ਼ ਇਹਦਾ ਮਤਲਬ ਸਾਡੇ ਗੁਰੂਆਂ ਨੇ ਕਿਹਾ ਕੱਕਾ ਕੰਮ ਕਾਜ ਕਰੋ ਖੱਖਾ ਖੁਸ਼ੀ ਖੁਸ਼ੀ ਨਾਲ ਗੱਗਾ ਗੌਰ ਨਾਲ ਰੱਖਿਓ ਘੱਗਾ ਕਰਦਾ ਖਿਆਲ ਓਈ ਗੰਗੇ ਵਾਂਗੂ ਖਾਲੀ ਕਿਤੇ ਰਹਿ ਵੀ ਨਾ ਜਾਇਓ ਹੋ ਪੁੱਤਰ ਹੋ ਪੰਜਾਬੀ ਹੋ ਪੰਜਾਬੀ ਨਾ ਭੁਲਾਇਓ ਬੱਲੇ ਹੋ ਪੰਜਾਬੀ ਨਾ ਭੁਲਾਇਓ ਥੈਂਕ ਯੂ ਜੀ ਧੰਨਵਾਦ